सांझा टीवी वेख रहे दर्शकों का स्वागत है। जिला बठिंडा दे विधानसभा हलका भुच्चो मंडी विखे जो कि आम आदमी पार्टी के मास्टर जगसीर सिंह की वड्डी जित प्राप्त की है। उन्होंने करीब 80,000 वोटा लैके 50,000 की गिनती वड्डे रिकॉर्ड के नाल जित प्राप्त की है मास्टर जगसीर सिंह जी ने। अज उन्होंने असी जद्दी पिंड चक फतेह सिंह वाला विखे उन्होंने घर का तुहानू माहौल दिखाने हैं। खुशी का माहौल है पिंड वासियों के विच ते होर पार्टी वर्करां दे विच बहुत ही खुशी का माहौल जिहड़ा देखण नू मिल रहा है। आओ गलबात करते हैं पिंड वासियों नाल पार्टी वर्करां अते होर तुहानू दिंदे आ जानकारी कि किस तरह का माहौल जिहड़ा हैगा मास्टर जगसीर सिंह आम आदमी पार्टी हलका भुच्चो मंडी तो हैगा। मेरा गुरप्रीत सिंह ना है जी, पिंड चक फतेह सिंह वाला जी। तो मास्टर जी नू सारे विधानसभा भुच्चो हल्के दे लोगों ने बहुत बड़ी लीड नाल जिताया जी। सारे ही हलका निवासियों का असी तहे दिलों धन्यवाद करते हैं जिन्हें मास्टर जी नू इन्नी बड़ी लीड ते जिता के ते आपां जित दा फतवा दिता जी। तो मतलब कि भी सारे ही चक फतेह सिंह वाले दे जिन्ने भी अपने हैगे आ जी पिंड नगर निवासी दे वासी आ चक फतेह सिंह वाले दे सारयां दे तहे दिलों धन्नवाद करदे आ भी सारयां ने बहुत ही शानदार जित करा के मास्टर जी नूं विधानसभा भेजिया। तो सारयां दा अही धन्नवाद करना चाहुंदे आ, वारी वारी यही कहना चाहुंदे आ भी बहुत वधिया लीड नाल आपां सारे गंद दा सफाया कीता हैगा। तो आप आम आदमी पार्टी की सरकार बनाई है तो अपने सानूं उम्मीद है भी अपनी पार्टी साडियां उम्मीदां ते खरा उतरूगी।
ਉੱਚੋ ਮੰਡੀ ਸੀਟ ਤੋਂ ਵੱਡੀ ਗਿਣਤੀ ਨਾਲ ਆਮ ਆਦਮੀ ਪਾਰਟੀ ਦੇ ਜਿਹੜੀ ਝੋਲੀ ਦੇ ਵਿੱਚ ਸੀਟ ਪਈ ਹੈ ਤਾਂ ਸਾਡੇ ਕੋਲ ਨੇ ਬਲਜਿੰਦਰ ਕੌਰ ਜੀ ਤੁੰਗ ਵਾਲੀ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਮਹਿਸੂਸ ਕਰ ਰਹੇ ਹੋ ਇੱਕ ਬਹੁਤ ਹੀ ਵੱਡੀ ਗਿਣਤੀ ਦੇ ਨਾਲ ਲੀਡ ਪ੍ਰਾਪਤ ਕਰਕੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਅਸੀਂ ਆਜ਼ਾਦੀ ਮਹਿਸੂਸ ਕਰ ਰਹੇ ਹਾਂ ਜਿਹੜਾ ਕਿ ਪੰਜਾਬ ਅੱਜ ਤੋਂ 70 ਸਾਲ ਪਹਿਲਾਂ ਗੁਲਾਮ ਹੋਇਆ ਹੋਇਆ ਸੀ ਅੱਜ ਅਸੀਂ ਉਸ ਆਜ਼ਾਦੀ ਨੂੰ ਮਹਿਸੂਸ ਕਰ ਰਹੇ ਹਾਂ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਆਜ਼ਾਦੀ ਦਿਵਾਈ ਹੈ ਭਗਵੰਤ ਮਾਨ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਮਾਨ ਸਾਹਿਬ ਸਦਾ ਹੱਸਦੇ ਵੱਸਦੇ ਰਹੋ ਕਿਉਂਕਿ ਉਹ ਸੱਚ ਦੀ ਰਾਜਨੀਤੀ ਸਾਫ਼ ਸੁਥਰੀ ਰਾਜਨੀਤੀ ਕਰਦੇ ਸੀ ਅਤੇ ਲੋਕਾਂ ਨੇ ਮਨ ਬਣਾ ਲਿਆ ਸੀ ਕਿ ਇਸ ਵਾਰ ਝਾੜੂ ਫੇਰ ਦੇਣਾ ਹੈ ਉਹ ਕੋਆਪਰੇਟਿਵ ਘਰਾਣਿਆਂ ਦਾ ਹੁੰਦਾ ਫੇਰ ਦੇਣਾ ਅਤੇ ਔਰਤਾਂ ਦੇ ਪੱਖ ਦੇ ਵਿੱਚ ਕੀ ਹੈ ਦੇਖੋ ਜੀ ਔਰਤਾਂ ਲਈ ਇਹ ਸਭ ਤੋਂ ਸਾਫ਼ ਸੁਥਰੀ ਪਾਰਟੀ ਹੈ ਅਤੇ ਦੇਖੋ ਮੈਂ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰ ਰਹੀ ਹਾਂ ਜਿੰਨਾ ਮਾਨ ਸਨਮਾਨ ਔਰਤਾਂ ਦਾ ਆਮ ਆਦਮੀ ਪਾਰਟੀ 'ਚ ਹੋਰ ਕਿਸੇ ਪਾਰਟੀ ਦੇ ਵਿੱਚ ਨਹੀਂ ਹਾਂ ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਆਮ ਆਦਮੀ ਪਾਰਟੀ ਦੀ ਇੱਕ ਸਮਰਥਕ ਹੈ ਅਤੇ ਅੱਜ ਮਾਨ ਸਾਹਿਬ ਨੇ ਇੱਕ ਬਹੁਤ ਵੱਡੇ ਐਲਾਨ ਕੀਤੇ ਨੇ ਕਿ ਅਸੀਂ ਉਹ ਕੰਮ ਕਰਾਂਗੇ ਜਿਹੜਾ ਕਿਸੇ ਪਾਰਟੀ ਤੋਂ ਨਹੀਂ ਹੋਇਆ ਇਸ ਤੋਂ ਪਹਿਲਾਂ ਲੋਕ ਕਚਹਿਰੀਆਂ ਦੇ ਵਿੱਚ ਧੱਕੇ ਖਾ ਕੇ ਕੰਮ ਕਰਵਾਉਂਦੇ ਸੀ ਪਰ ਹੁਣ ਆਫੀਸਰ ਘਰ ਜਾ ਕੇ ਕੰਮ ਕਰਿਆ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋ ਆਮ ਆਦਮੀ ਪਾਰਟੀ ਇਹੋ ਜਿਹੇ ਕੰਮ ਕਰ ਦੂਗੀ ਕਿ ਇਸ ਤੋਂ ਬਾਅਦ ਰਾਜਨੀਤੀ ਕਰਨਾ ਭੁੱਲ ਜਾਓ ਬੜੀ ਖੁਸ਼ੀ ਦੀ ਗੱਲ ਹੈ ਜੀ ਮੇਰਾ ਵੱਡਾ ਵੀਰ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦੋ ਕੋਆਪਰੇਟਿਵ ਘਰਾਣਿਆਂ ਨਾਲ ਲੜਦਾ ਪਿਆ ਸੀ ਉਸ ਯੁੱਧ ਦੇ ਵਿੱਚ ਲੜਦਾ ਪਿਆ ਸੀਗਾ ਜਿੱਥੇ ਕਿ ਪਹਿਲਾਂ ਕਹਿੰਦੇ ਸੀ ਝਾੜੂ ਝਾੜੂ ਦਿਲਾ ਦਿਲਾ ਹੋ ਗਿਆ ਝਾੜੂ ਇਹ ਹੋ ਗਿਆ ਅੱਜ ਉਹ ਪੰਜਾਬ ਦਾ ਆਵਾਮ ਅੱਜ ਉਹ ਪੰਜਾਬ ਦੀ ਭੀੜ ਨੇ ਭਗਵੰਤ ਮਾਨ ਸਾਹਿਬ ਨੂੰ ਸੀਐਮ ਬਣਾਇਆ ਸਾਡੇ ਵੀਰ ਨੂੰ ਸੀਐਮ ਬਣਾਇਆ ਅਸੀਂ ਪਰਮਾਤਮਾ ਦਾ ਬਹੁਤ ਦਾ ਦਿਲ ਤੋਂ ਧੰਨਵਾਦ ਜਿੱਤ ਜਿੱਤ ਮਤਲਬ ਕਿਹਦੀ ਸਮਝੀ ਹੁੰਦੀ ਜਿੱਤ ਕੀ ਲੋਕਾਂ ਦੀ ਜਿੱਤ ਜੀ ਲੋਕਾਂ ਦੀ ਜਿੱਤ ਕਿਉਂਕਿ ਲੋਕ ਬਦਲਾਅ ਚਾਹੁੰਦੇ ਸੀਗੇ ਮਾਸਟਰ ਜਗਸੀਰ ਸਿੰਘ ਦੇ ਪਿੰਡ ਚੱਕਫਤ ਸਿੰਘ ਵਾਲਾ ਵਿਖੇ ਉਹਨਾਂ ਦੇ ਘਰ ਦੇ ਵਿੱਚ ਮਹਿਲਾ ਆਗੂ ਜਿਹੜੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਅਤੇ ਬੜੇ ਉਹਦੇ ਦੇ ਹੌਸਲੇ ਬੁਲੰਦ ਨੇ ਤਾਂ ਸਾਡੇ ਨਾਲ ਨੇ ਪਰਮਿੰਦਰ ਜੀ ਜੋ ਇੱਕ ਸਕੂਲ ਵੀ ਚਲਾਉਂਦੇ ਨੇ ਬੜੇ ਹੀ ਵਧੀਆ ਬਹੁਤ ਹੀ ਵਧੀਆ ਸੋਚ ਰੱਖਦੇ ਨੇ ਉਹਨਾਂ ਦਾ ਵਿਚਾਰ ਲੈ ਲੈਂਦੇ ਹਾਂ ਅੱਜ ਮਾਸਟਰ ਜਗਸੀਰ ਸਿੰਘ ਜੀ ਵਧੀਆ ਲੀਡ ਨਾਲ ਜਿੱਤੇ ਨੇ ਅਤੇ ਉਹਨਾਂ ਦੇ ਵਿਚਾਰ ਲੈ ਲੈਂਦੇ ਹਾਂਜੀ ਮਾਸਟਰ ਕੀ ਕਹਿਣਾ ਚਾਹੋਗੇ ਜੋ ਅੱਜ ਮਾਸਟਰ ਜਗਸੀਰ ਸਿੰਘ ਜੀ ਆਮ ਆਦਮੀ ਪਾਰਟੀ ਦੇ ਵਿੱਚ ਬੜੀ ਵੱਡੀ ਲੀਡ ਨਾਲ ਆਪਣੇ ਪਿੰਡਾਂ ਦੇ ਹੈਗੇ ਤਾਂ ਕੀ ਕਹਿਣਾ ਚਾਹੋਗੇ ਦੇਖੋ ਜੀ ਪੰਜਾਬ ਇੱਕ ਨਵੇਂ ਇਨਕਲਾਬ ਵੱਲ ਵਧਿਆ ਹੈਗਾ ਕਿਉਂਕਿ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਨੇ ਲੋਕ ਜਿਹੜਾ ਕਿਸਾਨ ਸੰਘਰਸ਼ ਵੀ ਇੰਨੀ ਦੇਰ ਚੱਲਿਆ ਉਹਦੇ ਵਿੱਚ ਵੀ ਲੋਕਾਂ ਦੀ ਲਗਾਤਾਰ ਸਕੂਲਿੰਗ ਹੋਈ ਅਤੇ ਲੋਕਾਂ ਨੇ ਬਦਲਾਅ ਲਈ ਵੋਟਾਂ ਪਾਈਆਂ ਨੇ ਅਤੇ ਮਾਸਟਰ ਜੀ ਆਪਣੇ ਪਿੰਡਾਂ ਦੇ ਨੇ ਤਾਂ ਆਪਾਂ ਭਗਵੰਤ ਮਾਨ ਦੀ ਟੀਮ ਦੇ ਵਿੱਚ ਵਾਅਦਾ ਕੀਤਾ ਆਪਾਂ ਇੱਥੋਂ ਇਹਨਾਂ ਨੂੰ ਜਿਤਾ ਕੇ ਆਮ ਆਦਮੀ ਪਾਰਟੀ ਵੱਲੋਂ ਅਤੇ ਉਮੀਦ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਸਾਡੇ ਸਾਰਿਆਂ ਦੀਆਂ ਉਮੀਦਾਂ 'ਤੇ ਖਰੀ ਉਤਰੂਗੀ ਅਤੇ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਵਿਕਾਸ ਆ ਜਿਹੜਾ ਉਹ ਪੂਰਾ ਪ੍ਰੋਪਰਲੀ ਅਤੇ ਚੱਲੂਗਾ ਰਵਿੰਦਰ ਜੀ ਇੱਕ ਪਹਿਲਾਂ ਆਪਣੇ ਪਿੰਡਾਂ ਦੇ ਵਿੱਚ ਖਾਸ ਕਰਕੇ ਚੱਕਾਂ ਦੇ ਵਿੱਚ ਇਹ ਲੋਕਾਂ ਨੂੰ ਜਾਨੀ ਕਿ ਉਹ ਸੀਗਾ ਵੀ ਪਿੰਡਾਂ ਦੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਤਾਂ ਉਹ ਕਿੱਥੇ ਫਰਕ ਰਹਿ ਗਿਆ ਸੀ ਦੇਖੋ ਜੀ ਸਮੇਂ ਸਮੇਂ 'ਤੇ ਵੱਖ ਵੱਖ ਕਾਰਨ ਬਣਦੇ ਆ ਕੁਛ ਤਾਂ ਲੋਕ ਪਹਿਲਾਂ ਤੋਂ ਲੈ ਕੇ ਵੀ ਸਾਡੇ ਦਾਦੇ ਪੜਦਾਦੇ ਆਹ ਫਲਾਣੀ ਰਵਾਇਤੀ ਪਾਰਟੀ ਨੂੰ ਵੋਟਾਂ ਪਾਉਂਦੇ ਆਏ ਆ ਇਹ ਵੀ ਇੱਕ ਫੈਕਟਰ ਸੀਗਾ ਜਿਹੜਾ ਫੈਕਟਰ ਕਿ ਹੁਣ ਜਦੋਂ ਲੋਕਾਂ ਨੂੰ ਸਾਲ ਭਰ ਦਿੱਲੀ ਰੋਲਣਾ ਪਿਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਰਵਾਇਤੀ ਪਾਰਟੀਆਂ ਕਾਰਨ ਹੀ ਸਾਡੀ ਇਹ ਦੁਰਦਸ਼ਾ ਹੋਈ ਆ ਅਤੇ ਹੁਣ ਉਹ ਨਿੱਠ ਕੇ ਇੱਕ ਨਵੀਂ ਸ਼ੁਰੂਆਤ ਕਰਨ ਦੇ ਲਈ ਉਹ ਉਹਨਾਂ ਨੇ ਆਮ ਆਦਮੀ ਪਾਰਟੀ ਚੁਣੀ ਆ ਇਹ ਹਰੇਕ ਪਿੰਡ ਦੀ ਗੱਲ ਹੀ ਲਾ ਲਓ ਮਤਲਬ ਇੱਕ ਕਿਸਾਨੀ ਸੰਘਰਸ਼ ਤੋਂ ਤੁਸੀਂ ਇਹ ਸਿੱਖ ਲੈਤੀ ਜਿਹੜੀ ਇੱਕ ਕਿਸਾਨੀ ਸੰਘਰਸ਼ ਦੇ ਵਿੱਚੋਂ ਕਿਸਾਨੀ ਪਾਰਟੀ ਵੀ ਉੱਭਰ ਕੇ ਸਾਹਮਣੇ ਆਈ ਸੀ ਤਾਂ ਉਹਦੇ ਬਾਰੇ ਕੀ ਕਹੋਗੇ ਨਹੀਂ ਦੇਖੋ ਉਹਦੇ ਪ੍ਰਤੀ ਕੋਈ ਸਾਰੇ ਕਿਸਾਨੀ ਜਥੇਬੰਦੀਆਂ ਦਾ ਹੀ ਇੱਕ ਮੁੜਤਾ ਨਹੀਂ ਸੀ ਅਤੇ ਉਹ ਉਹਨਾਂ ਦਾ ਪੂਰੇ ਕਿਸਾਨੀ ਅੰਦੋਲਨ ਦੇ ਵਾਲੀਆਂ ਪਾਰਟੀਆਂ ਨੇ ਯੂਨੀਅਨਾਂ ਨੇ ਹੁਣ ਵੀ ਨਹੀਂ ਕਿਹਾ ਕਿਸੇ ਖਾਸ ਪਾਰਟੀ ਨੂੰ ਵੀ ਸਮਰਥਨ ਦਿਓ ਉਹ ਤਾਂ ਲੋਕਾਂ ਨੇ ਆਪਣੀ ਸਮਝ ਮੁਤਾਬਕ ਹੀ ਸੋਚਿਆ ਵੀ ਇੱਕ ਤੀਜਾ ਬਦਲਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਹੀ ਹੋ ਸਕਦਾ ਹੈ ਮਤਲਬ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਤੋਂ ਤੁਸੀਂ ਬਹੁਤ ਜ਼ਿਆਦਾ ਉਮੀਦਾਂ ਰੱਖਦੇ ਹੋ ਬਿਲਕੁਲ ਜੀ ਬਿਲਕੁਲ ਬਹੁਤ ਕਿਸ ਤਰ੍ਹਾਂ ਦੀਆਂ ਉਮੀਦਾਂ ਰੱਖਦੇ ਪੂਰਾ ਪੰਜਾਬ ਹੀ ਉਮੀਦਾਂ ਰੱਖਦਾ ਜੀ ਦੇਖੋ ਜਿਹੜਾ ਸਾਡਾ ਬੱਚੇ ਸਾਡਾ ਸਰਮਾਇਆ ਸਾਡਾ ਦਿਮਾਗ ਉਹ ਬਾਹਰਲੇ ਦੇਸ਼ਾਂ ਵੱਲ ਜਿਹੜਾ ਬ੍ਰੇਨ ਡਰੇਨ ਹੋ ਰਿਹਾ ਸੀ ਉਹ ਸਾਰਾ ਕੁਝ ਰੁਕੇ ਸਾਡੇ ਆਪਦੇ ਪੰਜਾਬ ਦੇ ਵਿੱਚ ਹੀ ਬੱਚਿਆਂ ਨੂੰ ਪੜ੍ਹ ਲਿਖ ਕੇ ਰੁਜ਼ਗਾਰ ਮਿਲੇ ਸਰਕਾਰੀ ਨੌਕਰੀਆਂ ਮਿਲਣ ਪ੍ਰਾਈਵੇਟ ਕੰਮ ਕਾਜ ਆ ਜਿਹੜੇ ਉਹ ਬਕਾਇਦਾ ਚੱਲਣ ਜਿਵੇਂ ਕਿ ਕਹਿ ਦਈਏ ਵੀ ਭਗਵੰਤ ਮਾਨ ਜੀ ਤੋਂ ਤੁਸੀਂ ਬਹੁਤ ਜ਼ਿਆਦਾ ਆਸਾਂ ਰੱਖਦੇ ਹੋ ਬਿਲਕੁਲ ਜੀ ਬਿਲਕੁਲ ਉਹਨਾਂ ਤੋਂ ਇਹੀ ਆਸਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਕੰਮ ਕਾਜਾਂ ਨੂੰ ਚਲਾਉਣ ਦੇ ਵਿੱਚ ਮਦਦ ਕਰਨ ਸਾਰੇ
सरकारी नौकरियां वध तो वध कढ़न। बिल्कुल जी बिल्कुल, ये उन्हां दी टीम दे विच वाधा कीता लोकां ने, टीम दे विच वाधा कीता पुच्चो मंडी तो, लोक सभा हलका पुच्चो मंडी तो मास्टर जगसीर सिंह जी जितते ने बड़ी गिलती नाल, तां असीं गल कीती है पिंड वासियां नाल।